ਜਿੱਥੇ ਕਿ ਕੈਪਟਨ ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਵੱਖ ਵੱਖ ਬਿਆਨ ਦਿੱਤੇ ਜਾਂਦੇ ਹਨ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਸਬ ਡਿਵੀਜ਼ਨ ਤਹਿਸੀਲ ਖਡੂਰ ਸਾਹਿਬ ਅਧੀਨ ਆਉਂਦੇ ਬਿਆਸ ਦਰਿਆ ਦੇ ਕੰਢੇ ਤੇ ਵਸੇ ਪਿੰਡ ਗਗੜੇਵਾਲ ਵਿਖੇ ਧੜੱਲੇ ਨਾਲ ਸ਼ਰੇਆਮ ਵੱਡੇ ਪੱਧਰ ਤੇ ਲਗਾਤਾਰ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਕੁਝ ਵਿਅਕਤੀਆਂ ਵੱਲੋਂ ਬੀਡੀ ਦੀ ਮਦਦ ਨਾਲ ਚਿੱਟੇ ਦਿਨ ਹੀ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਬਿਆਸ ਦਰਿਆ ਵਿੱਚੋਂ ਸ਼ਰੇਆਮ ਰੇਤ ਕੱਢ ਕੇ ਵੱਡੇ ਵੱਡੇ ਢੇਰ ਲਗਾਏ ਜਾ ਰਹੇ ਸਨ। ਗਗੜੇਵਾਲ ਜੀ, ਹਾਂਜੀ, ਸਾਡੀ ਜੀ ਘੱਟੋ ਘੱਟ 50 ਕਿੱਲੇ ਪੰਚਾਇਤ ਅਤੇ 20-25 ਕਿੱਲੇ ਮਾਲਕੀ ਜਿਹੜੀ ਆ ਉਹ ਦਰਿਆ 'ਚ ਰੁੜ ਚੁੱਕੀ ਆ ਜੀ। ਹਾਂਜੀ, ਅਤੇ ਅਸੀਂ ਮਹਿੰਗੇ ਵਾਲਿਆਂ ਨੂੰ ਕਿਹਾ, ਇਹਨਾਂ ਨੂੰ ਸਿਫਾਰਿਸ਼ ਕਰਦੇ ਹਾਂ ਕਿ ਸਾਡੀ ਜਿਹੜੀ ਆ ਕਣਕ ਸਾਰੀ ਰੁੜਦੀ ਜਾਂਦੀ ਆ, ਮਿਹਰਬਾਨੀ ਕਰਕੇ ਜਿਹੜੀ ਰੇਤਾ ਕੱਢਦੇ ਆ ਉਹਨਾਂ ਬੇੜੀਆਂ 'ਤੇ ਕੱਢਦੇ ਆ, ਉਹਨਾਂ ਨੂੰ ਆ ਕੇ ਢਾਇਆ ਜਾਵੇ। ਹਾਂਜੀ ਹਾਂਜੀ, ਖਤਮ ਕੀਤੀ ਜਾਵੇ। ਕਸ਼ਮੀਰ ਸਿੰਘ, ਕਿਹੜਾ ਪਿੰਡ ਹੈਗਾ ਜੀ, ਕੀ ਕਹੋ? ਹਾਂਜੀ, ਮੈਂ ਰਹਿੰਦਾ ਰਾਤ ਦਿਨ ਇੱਥੇ। ਅੱਛਾ ਜੀ, ਇਹ 8 ਵਜੇ ਤੋਂ ਟਰਾਲੀਆਂ ਸ਼ੁਰੂ ਹੋ ਜਾਂਦੀਆਂ ਤੜਕੇ ਤੱਕ ਰਹਿੰਦੀਆਂ। ਇਹ ਜਿਹੜੀ ਰੇਤਾ ਕੱਢ ਕੇ ਕਿੱਦਾਂ ਕੱਢਦੇ ਇੱਥੇ? ਇਹ ਬੇੜੀਆਂ ਨਾਲ ਜੀ। ਅੱਛਾ ਜੀ, ਬੇੜੀਆਂ ਨਾਲ ਨਿਕਲਦੀ ਹੈ ਇਹ, ਜਦੋਂ ਇਹ ਬਾਜ ਵਿੱਚ ਲੱਦ ਕੇ ਖੜਦੇ ਆ ਇਹ ਟਰਾਲੀਆਂ ਨਾਲ। ਕੀ ਤੁਹਾਡੇ ਵੱਲੋਂ ਮਤਲਬ ਇਹਨਾਂ ਦੇ ਵਿਰੁੱਧ ਕਿਸੇ ਨੂੰ ਕਿਹਾ ਗਿਆ, ਕਿਸੇ ਉਸ ਅਧਿਕਾਰੀ ਨੂੰ ਧਿਆਨ 'ਚ ਲਿਆਂਦਾ ਮਸਲਾ ਹੈ? ਨਾ, ਵੇਖੋ ਜਾ ਕੇ ਜ਼ਮੀਨ ਵੇਖੋ, ਸਾਰੀ ਰੁੜ ਗਈ ਆ। ਟਰਾਲੀਆਂ ਦੀ ਗਿਣਤੀ ਕਿੰਨੀ ਕਰਦੇ ਸੀ ਲਗਭਗ, ਦੱਸੋ? 4 ਟਰਾਲੀਆਂ ਰਾਤ ਦਿਨ ਚੱਲਦੀਆਂ। ਕਿੰਨੇ ਟਾਈਮ 'ਤੇ ਉਹ? ਇਹ 8 ਵਜੇ ਆ ਜਾਂਦੇ ਆ, ਤੜਕੇ 4 ਵਜੇ ਤੱਕ ਚੱਲਦੀਆਂ। ਮੰਗ ਰੇਤ ਬੰਦ ਹੋਣੀ ਚਾਹੀਦੀ ਆ। ਅਰਵਿੰਦ ਸਿੰਘ ਜੀ, ਕਿਹੜਾ ਪਿੰਡ ਆਪਣਾ? ਗਗੜੇਵਾਲ ਜੀ। ਇੱਥੇ ਜਿਹੜੀ ਰੇਤ ਮਾਈਨਿੰਗ ਹੁੰਦੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਇਹ ਰੇਤ ਕੱਢਦੇ ਆ, ਸਾਡੀ ਫਸਲ ਰੁੜਦੀ ਜਾਂਦੀ ਹੈ ਜੀ। ਕਿੰਨੀ ਦੇਰ ਹੋ ਗਈ ਇਹਨਾਂ ਨੂੰ ਕੱਢਦੇ ਨੂੰ? ਇਹਨਾਂ ਤਾਂ ਵਾਹਵਾ ਚਿਰ ਹੋ ਗਿਆ ਜੀ, ਇਹਨਾਂ ਹੋ ਗਿਆ ਸਾਲ ਤਾਂ ਹੋ ਗਿਆ ਉਹ ਘੱਟੋ ਘੱਟ। ਕੀ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਆਣ ਕੇ ਉੱਚ ਅਧਿਕਾਰੀਆਂ ਵੱਲੋਂ ਇੱਥੇ ਤੁਹਾਡੇ ਵੱਲੋਂ ਦੱਸਿਆ ਗਿਆ ਉਹਨਾਂ ਨੂੰ? ਅਸੀਂ ਦੱਸਿਆ ਜੀ, ਕੋਈ ਨਹੀਂ ਆਇਆ। ਅੱਛਾ ਜੀ, ਅਤੇ ਕੀ ਮੰਗ ਤੁਹਾਡੀ ਪ੍ਰਸ਼ਾਸਨ ਤੋਂ? ਮੰਗ ਇਹਨਾਂ ਰੇਤ ਜਿਹੜੇ ਢਾਉਂਦੇ ਕੱਢਦੇ ਆ ਵੀ ਨਾ ਕੱਢਣ, ਅਤੇ ਸਾਡਾ ਜਿਹੜਾ ਦਰਿਆ ਇੱਧਰ ਤੁਰਿਆ ਆਉਂਦਾ ਵੀ ਉਹ ਨਾ ਆਵੇ, ਸਾਡਾ ਬਚਾਅ ਹੋ ਜੂਗਾ। ਰਵੀ, ਜਦੋਂ ਇਹ ਪੰਜਾਬ ਦੇ ਵਿੱਚ ਸਰਕਾਰ ਹੋਂਦ ਵਿੱਚ ਆਈ ਸੀ, ਕਾਂਗਰਸ ਪਾਰਟੀ ਸਰਕਾਰ, ਅਤੇ ਇਹਨੇ ਬਣਨ ਤੋਂ ਪਹਿਲਾਂ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਜਿਹਦੇ ਵਿੱਚ ਇਹਨੇ ਬੜੇ ਵਾਅਦੇ ਕੀਤੇ ਸੀਗੇ। ਮੈਂ ਸਮਝਦਾ ਵੀ ਜਿੰਨੇ ਵੀ ਇਹਨਾਂ ਵਾਅਦੇ ਕੀਤੇ ਸੀਗੇ, ਇੱਕ ਵੀ ਵਾਅਦਾ 3.5 ਸਾਲ ਦੇ ਵਿੱਚ ਇਹਨਾਂ ਨੇ ਪੂਰਾ ਨਹੀਂ ਕੀਤਾ ਗਾ, ਹਰੇਕ ਫਰੰਟ 'ਤੇ ਫੇਲ ਹੋ ਚੁੱਕੀ ਹੈ। ਅੱਜ ਮਾਈਨਿੰਗ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਹੈ, ਇਹਨਾਂ ਦੇ ਜਿਹੜੇ ਮੰਤਰੀ ਆ, ਜਿਹੜੇ ਇਹਨਾਂ ਦੇ ਵਿਧਾਇਕ ਆ, ਜਿਹੜੇ ਸਾਰੇ ਆਪੋ ਆਪਣੇ ਤਰੀਕੇ ਨਾਲ ਪੰਜਾਬ ਨੂੰ ਲੁੱਟਣ 'ਤੇ ਲੱਗੇ ਹੋਏ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ। ਅੱਜ ਐਕਸਾਈਜ਼ ਦੀ ਗੱਲ ਦੇਖ ਲਓ, ਸਮੁੱਚੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚੋਂ ਸ਼ਰਾਬ ਆ ਕੇ ਵਿਕ ਰਹੀ ਹੈ, ਅਤੇ ਜਿੱਥੋਂ ਤੱਕ ਮਾਈਨਿੰਗ ਦੀ ਗੱਲ ਹੈ, ਇਹ ਸਾਰੇ ਜਿਹੜੇ ਇਹਨਾਂ ਦੇ ਮੰਤਰੀ ਸਾਹਿਬਾਨ ਹੈ, MLA ਸਾਹਿਬਾਨ ਆ, ਇਹਨਾਂ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ ਸਾਰਾ ਕੰਮ, ਅਤੇ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ, ਅਤੇ ਜਿਹੜੇ ਉੱਥੋਂ ਦੇ ਜਿਹੜੇ ਵਿਚਾਰੇ ਕਿਸਾਨ ਹੈ, ਬਹੁਤ ਜ਼ਿਆਦਾ ਪੀੜਤ ਹੈ, ਬਹੁਤ ਦਰਿਆ ਨੂੰ ਜ਼ਿਆਦਾ ਢਾਹ ਲਾਈ ਜਾ ਰਹੀ ਹੈ। ਅਤੇ ਮੈਂ ਮੰਗ ਕਰਦਾ, ਪੁਰਜ਼ੋਰ ਮੰਗ ਕਰਦੇ ਹਾਂ ਕਿ ਇਹ ਰੋਕਿਆ ਜਾਵੇ, ਜੇਕਰ ਇਹ ਨਾ ਰੋਕਿਆ ਤਾਂ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਸਕਦੇ। ਇਹਦੇ ਬਾਰੇ ਕੱਲ੍ਹ ਮੈਨੂੰ ਪਤਾ ਲੱਗਾ ਸੀ, ਉਸ ਦੇ ਨਾਲ ਹੀ ਮੈਂ DSP ਗੋਇੰਦਵਾਲ ਸਾਹਿਬ ਉਹਨਾਂ ਨੂੰ ਫੋਨ ਕਰ ਦਿੱਤਾ ਸੀ, ਨਾਲ ਹੀ ਜਿਹੜਾ ਕੰਸਰਨਡ ਏਰੀਆ ਦਾ SHO ਉਹਨੂੰ ਵੀ ਕਹਿ ਦਿੱਤਾ ਵੀ ਬਿਲਕੁਲ ਨਾਜਾਇਜ਼ ਮਾਈਨਿੰਗ ਨਾ ਹੋਣ ਦਿੱਤੀ ਜਾਵੇ, ਜੋ ਸਰਕਾਰ ਦੀ ਪਾਲਿਸੀ ਹੈ ਉਹਨੂੰ ਫੋਲੋ ਕੀਤਾ ਜਾਏ, ਸਰਕਾਰ ਜਿਹਨੂੰ ਲੀਜ਼ 'ਤੇ ਦਏਗੀ ਜਿਹੜੀ ਉਸੇ ਸਾਈਡ ਤੋਂ ਸਿਰਫ ਮਾਈਨਿੰਗ ਹੋਣ ਦਿੱਤੀ ਜਾਏਗੀ, ਹੋਰ ਕਿਸੇ ਤੋਂ ਵੀ ਨਹੀਂ ਹੋਣ ਦਿੱਤੀ ਜਾਏਗੀ, ਔਰ ਜੇ ਕੋਈ ਨਾਜਾਇਜ਼ ਫੜਿਆ ਗਿਆ ਤਾਂ ਉਹਦੇ 'ਤੇ ਪਰਚਾ ਕੀਤਾ ਜਾਵੇਗਾ। ਇਹਦੇ ਬਾਰੇ ਲਿਖਤੀ ਹਦਾਇਤਾਂ ਵੀ ਮੈਂ DSP ਨੂੰ ਜਾਰੀ ਕਰਕੇ ਇੱਕ ਕਮੇਟੀ ਬਣਾ ਦਿੱਤੀ ਹੈ, ਜਿਸ ਦੇ ਵਿੱਚ DSP ਤਹਿਸੀਲਦਾਰ ਔਰ BDO ਨੂੰ ਮੈਂਬਰ ਬਣਾਇਆ ਗਿਆ, ਜਿਹੜਾ ਕਿ ਇਸ ਚੀਜ਼ 'ਤੇ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਇਰੀਗੇਸ਼ਨ ਡਿਪਾਰਟਮੈਂਟ ਨੂੰ ਵੀ ਕਹਿ ਦਿੱਤਾ ਗਿਆ ਕਿ ਉਹ ਵੀ ਤੁਰੰਤ ਆਪਣਾ ਜੇ ਕੋਈ ਇੱਦਾਂ ਦੀ ਗੱਲ ਧਿਆਨ 'ਤੇ ਆਉਂਦੀ ਹੈ ਤਾਂ ਕਾਰਵਾਈ ਕਰਨ, ਤਾਂ ਕਿ ਜਿਹੜੀ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾ ਸਕੇ। ਪਵਨ ਕੁਮਾਰ ਦੀ ਰਿਪੋਰਟ, ਦਾ TV NRI।